जय साईं जी दी, जय बाबा मुराद शाह वड़ी जी, रब एक जय साईं जी 786 एस ए ऑफिशियल चैनल दे नाल जुड़ी हुई हर नेक रूह नूं सलाम है, निघा स्वागत है। जे तुसी चैनल ते पहली बारी आए हैं तो चैनल नूं सबसक्राइब करो ते बैल आइकन नूं जरूर दबाओ। बाबे गल करन जा रहे हैं अख दी, शर्म हया हयाती अख दे विच मिलदी बाबा जी। और जिन्हां दी अख लगी है और जिन्हां नाल लगी है जिहड़े लजपाल ने ਉਹ ਨਿਭਾਉਣੀਆਂ ਜਾਣਦੇ ਆ, ਨਿਭਾਉਣੀਆਂ ਜਾਣਦੇ ਆ, ਅੱਖਾਂ ਲੱਗੀਆਂ ਦਾ ਮੁੱਲ ਜਾਣਦੇ ਆ ਬਾਬਾ ਜੀ। ਜਦੋਂ ਗੁਰਦਾਸ ਮਾਨ ਸਾਹਿਬ ਦਾ ਐਕਸੀਡੈਂਟ ਹੋਇਆ ਸੀਗਾ, ਦੂਸਰਾ ਐਕਸੀਡੈਂਟ ਜਦੋਂ 20 ਜਨਵਰੀ 2007 ਨੂੰ ਹੋਇਆ ਸੀ, ਕਰਨਾਲ ਸ਼ਹਿਰ ਦੇ ਕੋਲ ਹੋਇਆ ਸੀ, ਉਹਨਾਂ ਦਾ ਡਰਾਈਵਰ ਗਣੇਸ਼ ਸੀ। ਅਤੇ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਕਹਿੰਦੇ ਦਰਬਾਰ ਦੇ ਵਿੱਚ ਸਾਈਂ ਲਾਡੀ ਸ਼ਾਹ ਸਰਕਾਰ ਜੀ ਦੀ ਮਾਲਿਸ਼ ਕਰ ਰਹੇ ਸੀ ਕਾਲਾ ਜੀ ਜਿਹੜੇ ਆ, ਤਾਂ ਸਾਈਂ ਜੀ ਦੇ ਨਾ ਰਾਤੋਂ ਰਾਤ ਨੀਲ ਪੈ ਗਏ। ਤਾਂ ਉਹ ਕਹਿੰਦੇ ਵੀ ਸਾਈਂ ਜੀ ਆਹ ਕੀ ਹੋ ਗਿਆ, ਹੁਣ ਇਹਦਾ ਠੀਕ ਸੀਗਾ। ਸਾਈਂ ਜੀ ਕਹਿੰਦੇ ਤੈਨੂੰ ਦੱਸਦੇ ਹਾਂ, ਤੂੰ ਮਾਲਿਸ਼ ਕਰ। ਜਦੋਂ ਉਹਨਾਂ ਨੇ ਟੀ ਵੀ ਲਾਇਆ, ਟੀ ਵੀ 'ਤੇ ਲਿਖਿਆ ਸੀਗਾ ਕਿ ਗੁਰਦਾਸ ਮਾਨ ਦਾ ਐਕਸੀਡੈਂਟ ਹੋਇਆ, ਵੀ ਗੁਰੂ ਮੁਰਸ਼ਦ ਜਿਹੜੇ ਆ ਉਹ ਆਪਣੇ ਮੁਰੀਦ ਦਾ ਕਸ਼ਟ ਆਪਣੇ 'ਤੇ ਲੈਂਦੇ ਬਾਬਾ ਜੀ। ਹੁਣ ਐਕਸੀਡੈਂਟ ਹੋਇਆ ਤਾਂ 2 ਦਿਨ ਬਾਅਦ ਜਦੋਂ ਮਾਨ ਸਾਹਿਬ ਸਾਈਂ ਜੀ ਨੂੰ ਮਿਲਣ ਗਏ ਆ, ਤਾਂ ਸਾਈਂ ਜੀ ਨੇ ਉਦੋਂ ਉਹਨਾਂ ਨੂੰ ਕਦੇ ਕਹਿਣ ਆਹ ਲੈ ਕੇ ਆਈ ਗੁਰਦਾਸ, ਆਹ ਲੈ ਕੇ ਆਈ, ਉਹਨਾਂ ਦੇ ਵਾਲ ਸਾਰੇ ਕੱਢ ਦਿੱਤੇ ਉਹਨਾਂ ਦੇ ਜੋ ਪੈ ਗਏ ਸੀ। ਤਾਂ ਫਿਰ ਉਹਨਾਂ ਨੇ ਰੁੱਕ ਭਰ ਕੇ ਪੈਸੇ ਵੀ ਦਿੱਤੇ, ਤਾਂ ਕਹਿੰਦੇ ਯਾਰ ਉੱਥੇ ਹਾਜ਼ਰੀ ਲਾ ਜਾਏਗਾ ਕਿ ਭਾਵੇਂ ਥੋੜ੍ਹੀ ਦੇਰ ਦੀ ਹਾਜ਼ਰੀ ਲਗਾ ਜੀ, 10 ਮਿੰਟ ਹੀ ਗਾ ਜੀ। ਪਰ ਐਸੀ ਮੁਰਸ਼ਦ ਨੇ ਰਹਿਮਤ ਬਖਸ਼ੀ ਕਿ ਉਹਨਾਂ ਦੇ ਪੱਟੀ ਬੰਨੀ ਹੋਈ ਸੀ, ਉਹਨਾਂ ਨੇ 1.5 ਘੰਟੇ ਗੀਤ ਗਾਇਆ ਬਾਬਾ ਜੀ। ਅਤੇ ਜਦੋਂ ਐਕਸੀਡੈਂਟ ਹੋਈ ਸੀ ਅਤੇ ਉਹਨਾਂ ਨੂੰ ਜਿਹੜੇ ਪ੍ਰੈਸ ਰਿਪੋਰਟਰ ਸੀਗੇ ਐਕਸੀਡੈਂਟ ਤੋਂ ਬਾਅਦ, ਉਹਨਾਂ ਨੇ ਜਦੋਂ ਸਵਾਲ ਕੀਤੇ ਤਾਂ ਉਹਨਾਂ ਨੇ ਸਵਾਲ ਪੁੱਛਿਆ ਕਿ ਕਿੱਦਾਂ ਹੋਇਆ ਜੀ ਐਕਸੀਡੈਂਟ, ਅਤੇ ਉਹਨਾਂ ਨੇ ਇਹ ਸਵਾਲ ਕੀਤਾ ਕਿ ਕੀ ਤੁਹਾਡੀ ਉਸ ਵੇਲੇ ਅੱਖ ਲੱਗੀ ਹੋਈ ਸੀ, ਤੁਸੀਂ ਸੁੱਤੇ ਹੋਏ ਸੀ? ਉਹਨਾਂ ਦਾ ਸਵਾਲ ਇਹ ਸੀ ਕਿ ਤੁਸੀਂ ਸੁੱਤੇ ਹੋਏ ਸੀ। ਪਰ ਮਾਨ ਸਾਹਿਬ ਦਾ ਸਵਾਲ ਜਵਾਬ ਫਕੀਰਾਂ ਵਾਲਾ ਸੀ ਬਾਬਾ ਜੀ, ਗੌਰ ਫਰਮਾਉਣਾ। ਕਹਿੰਦੇ ਅੱਖ ਤਾਂ ਮੇਰੀ ਬਹੁਤ ਪਹਿਲਾਂ ਦੀ ਲੱਗੀ ਹੋਈ ਸੀ, ਅਤੇ ਜੇਕਰ ਮੇਰੀ ਅੱਖ ਲੱਗੀ ਨਾ ਹੁੰਦੀ ਉੱਥੇ, ਯਾਰ ਨਾਲ ਅੱਖਾਂ ਮਿਲੀਆਂ ਨਾ ਹੁੰਦੀਆਂ ਬਾਬਾ ਜੀ, ਸਾਈਂ ਜੀ ਨਾਲ ਅੱਖ ਨਾ ਲੱਗੀ ਹੁੰਦੀ, ਤਾਂ ਕਹਿੰਦੇ ਮੈਂ ਬਚਦਾ ਨਹੀਂ। ਇਹ ਜਿਹਦੇ ਨਾਲ ਲੱਗੀ ਸੀ, ਜਿਨ੍ਹਾਂ ਨੇ ਹੱਥ ਫੜਿਆ ਸੀ, ਉਹਨਾਂ ਨੂੰ ਸ਼ਰਮ ਸੀ। ਲੱਗੀ ਵਾਲਿਆਂ ਨੂੰ ਸ਼ਰਮ ਹੁੰਦੀ ਹੈ ਆਪਣੇ ਬੱਚੇ ਦੀ, ਆਪਣੇ ਮੁਰੀਦ ਦੀ। ਜਦੋਂ ਉਹਨਾਂ ਦੇ ਦਰ 'ਤੇ ਜਾਂਦੇ ਹਾਂ, ਉਹਨਾਂ ਨੂੰ ਪਤਾ ਹੁੰਦਾ ਕਿ ਇਹ ਸਾਡਾ ਵਾ, ਇਹਦਾ ਖਿਆਲ ਰੱਖਣਾ ਵਾ। ਅਤੇ ਨਾਲੇ ਉਹਨਾਂ ਨੇ ਆਖਿਆ ਸੀ ਕਿ ਲਜਪਾਲ ਪ੍ਰੀਤ ਨੂੰ ਤੋੜਦੇ ਨਹੀਂ, ਜਿਹਦੀ ਬਾਂਹ ਫੜਦੇ ਫਿਰ ਛੋੜਦੇ ਨਹੀਂ। ਉਹ ਤਾਂ ਸੋਹਣੀ ਇੱਕ ਦੇ ਨਹੀਂ ਅੱਖ ਲਾਉਂਦੇ ਜਿਨ੍ਹਾਂ ਦੀ ਕਿਤੇ ਅੱਖ ਲੱਗੀ ਹੋਈ ਆ। ਇਹ ਮੁਰਸ਼ਦ ਦਾ ਕਰਮ ਹੈ, ਮੁਰਸ਼ਦ ਜਿਹਨੂੰ ਬਚਾਉਣਾ ਹੁੰਦਾ ਉਹਨਾਂ ਨੇ ਹੱਥ ਦੇ ਕੇ ਬਚਾ ਲੈਣਾ ਬਾਬਾ ਜੀ। ਸੋ ਦਾਤਾ ਜੀ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖਣ। ਅੱਖ ਲੱਗੀ ਵਾਲਿਆਂ ਦੀ ਗੱਲ ਕੀਤੀ ਹੈ ਕਿ ਅੱਖ ਲੱਗੀ ਜਿਹਦੀ ਹੈ ਨਾ, ਉਹਦੀ ਫਿਰ ਬਾਂਹ ਜਿਹਦੀ ਫੜੀ ਹੈ ਉਹ ਨਹੀਂ ਛੱਡਦੇ ਬਾਬਾ ਜੀ। ਸੋ ਸਾਰਿਆਂ ਨੂੰ ਸਲਾਮ ਹੈ, ਜੈ ਸਾਈਂ ਜੀ ਦੀ। ਜੇ ਕੋਈ ਗੱਲ ਸੁਣਾਉਂਦਿਆਂ ਗਲਤੀ ਹੋ ਗਈ ਹੋਵੇ ਤਾਂ ਮਾਫ਼ੀ ਦਾ ਹੱਕਦਾਰ ਹੈ। ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਾਹ ਵੜੀ ਜੀ। ਦਾਤਾ ਸਾਹਿਬ ਦਾ ਭਲਾ ਕਰੇ।